देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। मोहाली जिले के विच करोना के जिहड़े मरीज हैगे ने लगातार वध रहे ने, इस चीज़ नूं देखदे होए इस वक्त जो प्रशासन हैगा उहदे वल्लों एक बड़ा अहम फैसला किया गया कि मोहाली का सिविल होस्पिटल है जिहड़ा उहदी ओपीडी ते उहदी एमरजेंसी नूं तब्दील करके ईएसआई होस्पिटल के विच भेजा जा रहा ताकि इत्थे जो मरीज हैगे ने कोविड के उन्हां दी देखभाल चंगी तरह की जा सके। मेरे नाल गलबात करन वास्ते मौजूद हैगे ने इस वक्त सिविल सर्जन मैडम आदर्शपाल कौर कंग। मैडम की गल हुई है जी, किहड़ियां चीज़ां नूं देखदे होए यह फैसला लिता गया? करोना बीमारी के केस दिनों दिन वध रहे हैं तो साड़ी ये प्रिपेयरनैस का हिस्सा ही है कि जे साडा एग्जिस्टिंग स्ट्रक्चर 60 बैड का भर जाता है तो असी पेशेंट कित्थे पाउणे आ। असी एक तजवीज़ बनाई है ये कि असी अपना ओपीडी एमरजेंसी ईएसआई हस्पताल फेज 7 इंडस्ट्रियल एरिया शिफ्ट कर सकते हैं। तो अज तो बाद जी जिहड़े केस हैगे ने उत्थे देखे जाणगे जां फिर जिहड़े एमरजेंसी दे विच उत्थे दाखिल करन दी जरूरत है इनस्पाइट ऑफ कोविड दे पेशेंट जिहड़े हैगे ने ਉਹ ਸਭ ਦਾ ਵੀ ਉੱਥੇ ਮੈਡਮ ਇੰਨੀ ਜ਼ਿਆਦਾ ਇੰਨੀ ਜਲਦੀ ਹੋ ਜਾਏਗਾ ਜੀ? ਕੋਵਿਡ ਦੇ ਮਰੀਜ਼ ਉੱਧਰ ਨਹੀਂ ਜਾਣਗੇ ਜੀ, ਸਾਨੂੰ ਸੈਗਰੀਗੇਟ ਕਰਨਾ ਪਏਗਾ। ਕੋਵਿਡ ਵਾਸਤੇ ਸਿਰਫ ਡਿਸਟ੍ਰਿਕਟ ਹਸਪਤਾਲ ਹੀ ਕੰਮ ਕਰੇਗਾ, ਰੂਟੀਨ ਓਪੀਡੀ ਹੈ ਜਿਹੜਾ ਅਸੀਂ ਤਜਵੀਜ਼ ਕਰ ਰਹੇ ਹਾਂ ਈਐਸਆਈ ਹਸਪਤਾਲ ਵਿੱਚ ਦੇਖਣ ਦੀ। ਤੇ ਮੈਡਮ ਇਸ ਵਕਤ ਪੂਰੇ ਆਪਾਂ ਮੋਹਾਲੀ ਦੀ ਗੱਲ ਕਰੀਏ ਤਾਂ ਕਿੰਨੇ ਬੈੱਡ ਹੈਗੇ ਨੇ ਜਿਹੜੇ ਸਪੈਸੀਫਿਕ ਕੋਵਿਡ ਪੇਸ਼ੈਂਟ ਨੂੰ ਦਿੱਤੇ ਗਏ ਨੇ? ਮੇਰੇ ਕੋਲ ਇਨਕਲੂਡਿੰਗ ਪ੍ਰਾਈਵੇਟ ਹਸਪਤਾਲ, ਪ੍ਰਾਈਵੇਟ ਦਾ ਡਾਟਾ ਤੁਹਾਨੂੰ ਡੀਸੀ ਆਫਿਸ ਤੋਂ ਮਿਲ ਜਾਏਗਾ। ਮੇਰੇ ਕੋਲ ਸਰਕਾਰੀ ਹਸਪਤਾਲ ਵਿੱਚ ਐਸ ਐਟ ਪ੍ਰੈਜ਼ੈਂਟ 60 ਬੈੱਡ ਹੈ ਜਿਹੜੇ ਫੰਕਸ਼ਨ ਕਰ ਰਹੇ ਹੈ। ਅਤੇ ਟੋਟਲ ਇਸ ਵਕਤ ਜਿਹੜੇ ਐਕਟਿਵ ਮਰੀਜ਼ ਹੈਗੇ ਨੇ ਜੀ ਉਹਨਾਂ ਦੀ ਅੱਜ ਸੰਖਿਆ ਕਿੰਨੀ ਹੈਗੀ ਹੈ? ਅੱਜ ਦੀ ਸੰਖਿਆ ਹੁਣ ਦੀ ਹੈ ਜੋ 55, ਪਰ ਇਹ ਤਾਂ ਹਰ ਪਲ ਵੱਧਦੇ ਘੱਟਦੇ ਰਹਿੰਦੇ ਹੈ। ਕੀ ਉਮੀਦ ਹੈ ਜੀ ਆਉਣ ਵਾਲੇ, ਜਿਸ ਤਰ੍ਹਾਂ ਤੁਸੀਂ ਤਿਆਰੀ ਕਰ ਰਹੇ ਹੋ ਡਿਸਟ੍ਰਿਕਟ ਪ੍ਰਸ਼ਾਸਨ, ਆਉਣ ਵਾਲੇ ਦਿਨਾਂ ਦੇ ਵਿੱਚ ਵਧਣ ਦੀ ਉਮੀਦ ਹੈਗੀ ਹੈ? ਬਾਕੀ ਦੇ ਦੇਸ਼ਾਂ ਦਾ ਅਤੇ ਆਪਣੇ ਹੀ ਦੇਸ਼ ਦਾ, ਦਿੱਲੀ ਦਾ, ਯੂਪੀ ਦਾ ਟ੍ਰੈਂਡ ਦੇਖਦੇ ਹੋਏ ਅਸੀਂ ਇਹ ਤਿਆਰੀਆਂ ਕਰ ਰਹੇ ਹਾਂ। ਸਾਨੂੰ ਵੀ ਇਹ ਪ੍ਰੋਜੈਕਸ਼ਨਸ ਹੈਗੀਆਂ ਕਿ ਵਧੇਗਾ ਜੀ। ਮੈਡਮ ਜਿਹੜੀ ਆਕਸੀਜਨ ਦਾ ਇਸ ਵਕਤ ਹੈਗਾ ਉਹ ਕਿੰਨਾ ਕੁ ਸਟੋਕ ਪਿਆ ਹੈਗਾ ਆਪਣੇ ਕੋਲ? ਆਕਸੀਜਨ ਰੈਗੂਲਰ ਰੀਫਿਲ ਹੁੰਦੀ ਹੈ, ਆਕਸੀਜਨ ਦਾ ਸਟੋਕ ਰੱਖਣ ਦੀ ਲੋੜ ਨਹੀਂ ਹੁੰਦੀ। ਅਸੀਂ ਸਿਰਫ ਇੱਕ ਟਾਈਮ ਦਾ ਬੈਕਅਪ ਰੱਖਦੇ ਹਾਂ ਨਾਲ ਦੀ ਨਾਲ, ਕਿਉਂਕਿ ਸਾਡਾ ਲੋਕਲੋਂ ਹੀ ਭਰ ਜਾਣਾ, ਲੋਕਲ ਏਰੀਆ 'ਚੋਂ ਹੀ, 9 ਸੈਕਟਰ 'ਚੋਂ ਸਾਡਾ ਭਰਦਾ ਮੋਹਾਲੀ ਦੇ 9 ਫੇਸ 'ਚੋਂ ਸੋਰੀ, ਤਾਂ ਨਾਲ ਦੀ ਨਾਲ ਸਾਡੀ ਸਪਲਾਈ ਜਾਂਦੀ ਹੈ। 3 ਟਾਈਮ ਸਾਡੀ ਗੱਡੀ ਜਾਂਦੀ ਹੈ ਭਰਵਾ ਕੇ ਲੈ ਆਉਂਦੀ ਹੈ ਸਿਲੰਡਰ। ਅਸੀਂ ਮਤਲਬ ਜੇ ਆਪਾਂ ਕਹੀਏ ਵੀ ਹੋਲਡ ਕਰਕੇ ਨਹੀਂ ਰੱਖਿਆ ਜਾਂਦਾ ਆਕਸੀਜਨ ਦਾ? ਹੋਲਡ ਕਰਕੇ ਅਸੀਂ ਨਹੀਂ ਰੱਖਾਂਗੇ, ਕਿਉਂਕਿ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਚਾਹੀਦਾ, ਬਾਕੀ ਸਾਰੇ ਸਟੇਟ ਨੂੰ ਵੀ ਚਾਹੀਦਾ, ਉਹ ਸਿਰਫ ਮੋਹਾਲੀ ਨੂੰ ਤਾਂ ਕੇਟਰ ਨਹੀਂ ਕਰਦੇ, ਉਹਨਾਂ ਨੇ ਕਈ ਜ਼ਿਲ੍ਹੇ ਕੇਟਰ ਕਰਨੇ ਆ। ਸੋ ਹੋਲਡ ਕਰਨ ਵਾਲੀ ਗੱਲ ਨਹੀਂ, ਡੇਲੀ ਸਪਲਾਈ ਆਉਂਦੀ ਹੈ ਅਤੇ ਸਾਨੂੰ ਦਿੱਤੀ ਜਾਂਦੀ ਹੈ। ਹਾਲੇ ਤੱਕ ਕੋਈ ਕਠਿਨਾਈ ਨਹੀਂ ਆਈ ਆਕਸੀਜਨ 'ਚ। ਵੈਕਸੀਨੇਸ਼ਨ ਹੈਗਾ ਜੀ ਸਟੋਕ ਦੇ ਵਿੱਚ? ਵੈਕਸੀਨੇਸ਼ਨ ਵੀ ਡੇਲੀ ਮਿਲ ਰਹੀ ਹੈ ਜੀ, ਕਦੇ 2 ਦਿਨ ਦਾ ਸਟੋਕ ਮਿਲ ਜਾਂਦਾ, ਕਦੇ 3 ਦਿਨ ਦਾ ਮਿਲ ਜਾਂਦਾ, ਡਿਪੈਂਡਿੰਗ ਅਪੋਨ ਕਿ ਸਟੇਟ 'ਤੇ ਕਿੰਨਾ ਹੁੰਦਾ, ਉਹਦੀ ਵੀ ਕਮੀ ਨਹੀਂ ਆਈ, ਅਸੀਂ ਲਾ ਰਹੇ ਹਾਂ। ਮੈਡਮ ਇਹ ਗੱਲ ਵੀ ਆਈ ਹੈ ਸੁਣਦੇ ਵਿੱਚ ਕਿ ਕੁਛ ਮਰੀਜ਼ਾਂ ਨੂੰ ਪਟਿਆਲੇ ਰੈਫਰ ਕੀਤਾ ਗਿਆ ਜੀ। ਇਹ ਸਾਡੇ ਪ੍ਰੋਟੋਕੋਲ ਦਾ ਹਿੱਸਾ ਜੀ, ਜਿਨ੍ਹਾਂ ਨੂੰ L3 ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ। ਸਾਡੇ ਨਾਲ ਸਰਕਾਰੀ ਤੌਰ 'ਤੇ ਰਜਿੰਦਰਾ ਹਸਪਤਾਲ ਪਟਿਆਲਾ ਹੀ ਟਾਈ ਕੀਤਾ ਗਿਆ, ਸਾਡਾ ਟਾਈ ਅਪ ਹੈ ਉਹਨਾਂ ਨਾਲ। ਸਾਡੇ ਮਰੀਜ਼ ਉਹ ਲੈਂਦੇ ਆ, ਅਸੀਂ ਪਹਿਲਾਂ ਉਹਨਾਂ ਦੇ ਡਾਕਟਰਾਂ ਨਾਲ ਕੰਸਲਟ ਕਰਦੇ ਹਾਂ, ਉੱਥੇ ਬੈੱਡ ਰਿਜ਼ਰਵ ਕਰਾਉਣੇ ਆ, ਫਿਰ ਸਾਡੀ ਜਿਹੜੀ ਐਡਵਾਂਸ ਐਂਬੂਲੈਂਸ ਹੈ ਉਹਨਾਂ ਨੂੰ ਉੱਥੇ ਛੱਡ ਕੇ ਦਾਖਲ ਕਰਾ ਕੇ, ਜਦੋਂ ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਉਹ ਡਾਕਟਰ ਦੀ ਕੇਅਰ ਵਿੱਚ ਪਹੁੰਚ ਗਏ, ਐਂਬੂਲੈਂਸ ਫਿਰ ਵਾਪਸ ਆਉਂਦੀ ਹੈ। ਇਹ ਸਰਕਾਰ ਦਾ ਟਾਈ ਅਪ ਹੈ। L3 ਮੈਡਮ ਕੋਈ ਫਾਈਨੈਂਸ਼ੀਅਲੀ ਵੀਕਨੈਸ ਹੈਗੀ ਹੈ ਜਾਂ ਬਿਮਾਰੀ ਦਾ ਹੀ ਹਿੱਸਾ ਹੈਗਾ ਜੀ? L3 ਲੈਵਲ ਆਫ ਕੇਅਰ ਹੁੰਦਾ, L1 ਜਿਹਦੇ 'ਚ ਮਾਈਲਡ ਕੇਸ ਹੁੰਦੇ ਆ, ਮੋਡਰੇਟ, L2 ਜਿਵੇਂ ਸਾਡਾ ਡਿਸਟ੍ਰਿਕਟ ਹਸਪਤਾਲ ਹੈ, ਜਿਹੜੇ ਬਹੁਤ ਸੀਵੀਅਰ ਕੇਸ ਹੁੰਦੇ ਆ ਜਿਨ੍ਹਾਂ ਨੂੰ ICU ਕੇਅਰ ਦੀ ਲੋੜ ਹੁੰਦੀ ਆ, ਉਹਨਾਂ ਨੂੰ ਅਸੀਂ ਲੈਵਲ L3 ਕਹਿੰਦੇ ਹਾਂ। ਅਤੇ ਜਿਹੜੀ ਆਪਣੀ ਦਵਾਈਆਂ ਵਗੈਰਾ ਹੈਗੀਆਂ ਮੈਡਮ, ਫਤਿਹ ਕਿੱਟ ਜਿਹਨੂੰ ਆਪਾਂ ਕਿਹਾ ਜਾਂਦਾ, ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਉਹਦੀ ਵੀ ਕਾਫੀ ਜ਼ਿਆਦਾ ਕਮੀ ਹੋ ਰਹੀ ਹੈ ਇਸ ਵਕਤ ਜਿਹੜੇ ਮਰੀਜ਼ ਘਰਾਂ ਦੇ ਵਿੱਚ ਤੁਸੀਂ ਇਸ ਵਕਤ ਕੁਆਰੰਟੀਨ ਕੀਤੇ ਹੋਏ ਨੇ? ਸਾਡੀ ਕੋਸ਼ਿਸ਼ ਇਹੀ ਹੈ ਕਿ ਹਰ ਮਰੀਜ਼ ਤੱਕ ਫਤਿਹ ਕਿੱਟ 24 ਘੰਟੇ ਦੇ ਵਿੱਚ ਪਹੁੰਚਾਈ ਜਾਵੇ, ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੈ, ਕਈ ਵਾਰੀ 24 ਤੋਂ 36 ਘੰਟੇ ਹੋ ਜਾਂਦੇ ਆ। ਮੈਂ ਡਿਨਾਈ ਨਹੀਂ ਕਰਦੀ ਇਸ ਗੱਲ ਨੂੰ, ਪਰ ਮੇਲ ਹਰ ਇੱਕ ਨੂੰ ਰਹੀ ਹੈ। ਅੱਜ ਵੀ ਸਾਨੂੰ 300 ਕਿੱਟਾਂ ਮਿਲੀਆਂ ਜਿਹੜੀਆਂ ਕਿ ਅਸੀਂ ਸਾਰੇ ਸੈਂਟਰਾਂ 'ਚ ਵੰਡੇ ਆਏ ਹਾਂ। ਫਿਰ ਜਿਹੜੇ ਮੈਡਮ ਇੱਥੇ ਬੈੱਡ ਬਣਾਏ ਜਾ ਰਹੇ ਆ 60, ਤਾਂ ਉਹਦੇ ਵਾਸਤੇ ਕੋਈ ਅਲੱਗਾ ਸਟਾਫ ਰੱਖਿਆ ਜਾ ਰਿਹਾ ਜੀ, ਕਿਉਂਕਿ ਡਾਕਟਰ ਦਾ ਸਾਰੇ ਤੁਸੀਂ ਉੱਧਰ ਫਿਰ ਤਬਦੀਲ ਕਰੋਗੇ? ਸਾਨੂੰ ਅਲੱਗਾ ਸਟਾਫ ਸਰਕਾਰ ਨੇ ਪਹਿਲਾਂ ਹੀ ਪੰਜਾਬ ਵਿੱਚੋਂ ਡਿਪਿਊਟ ਕਰ ਦਿੱਤਾ ਹੈ, ਵੇਖਦੇ ਹੋਏ ਇਸ ਬਿਮਾਰੀ ਨੂੰ ਅਸੀਂ ਸਾਰਾ ਕੁਝ ਪ੍ਰਿਪੇਅਰ ਕਰਕੇ ਗਰਾਊਂਡ ਲੈਵਲ ਵਰਕ ਕਰਕੇ ਹੀ ਬੈੱਡ ਇਨਕਰੀਜ਼ ਕਰਾਂਗੇ। ਇਕੱਲੇ ਬੈੱਡ ਨੇ ਤਾਂ ਮਰੀਜ਼ ਦਾ ਇਲਾਜ ਨਹੀਂ ਕਰਨਾ ਨਾ, ਉਹਦੇ ਲਈ ਸਾਨੂੰ ਸਟਾਫ, ਨਰਸਿਸ, ਡਾਕਟਰ, ਲੋੜੀਂਦੀ ਆਕਸੀਜਨ, ਸਿਲੰਡਰ ਸਭ ਕੁਝ ਚਾਹੀਦਾ। ਅਸੀਂ ਇਸ ਲਈ ਹਾਲੇ ਬੈੱਡ ਵਧਾਉਣ ਬਾਰੇ ਤੁਹਾਨੂੰ ਨਹੀਂ ਦੱਸ ਰਹੇ, ਕਿਉਂਕਿ ਉਹ ਤਿਆਰੀ ਚੱਲ ਰਹੀ ਹੈ, ਇੱਕ ਅੱਧੇ ਦਿਨ 'ਚ ਅਸੀਂ ਕਰਕੇ ਸਾਰਾ ਕੁਝ ਅਤੇ ਬੈੱਡ ਸ਼ੁਰੂ ਕਰ ਲਾਂਗੇ। ਮਤਲਬ ਪੰਜਾਬ ਸਰਕਾਰ ਰਿਕੁਆਇਰਮੈਂਟ ਦੇ ਹਿਸਾਬ ਨਾਲ ਅੱਗੇ ਭਰਤੀਆਂ ਵੀ ਕਰ ਸਕਦੀ ਹੈ ਜੀ ਸਟਾਫ ਦੀਆਂ? ਬਿਲਕੁਲ ਕਰ ਸਕਦੀ ਹੈ, ਐਡਵਰਟਾਈਜ਼ ਹੋਈਆਂ, ਅੱਜ ਵੀ ਦੇਖੀਆਂ ਮੈਂ ਪੋਸਟਾਂ ਐਡਵਰਟਾਈਜ਼ ਹੋਈਆਂ ਪਈਆਂ ਜੀ।
बहुत बहुत शुक्रिया मैडम। सो इस सिविल सर्जन मैडम डॉक्टर दर्शपाल कौर जिन्होंने जानकारी दी है कि कोविड के जो मरीज़ है ने लगातार बढ़ रहे हैं तो आने वाले दिनों भी यह होर बढ़ने की उम्मीद हैगी है, जिमें कि अपना डाटा पूरे देश दे विच असी देख रहे हैं। तो इन्हों देखते हुए मोहाली का हॉस्पिटल जो कि डिस्ट्रिक्ट का सब तो बड़ा हॉस्पिटल है, इनू तब्दील किया गया। तो जो OPD हैगी है, एमरजेंसी हैगी है, कोविड तो अलावा दूसरिया बीमारियों के मरीज़ है उन्होंने उत्थे देखा जाएगा, दाखिल किया जाएगा, उन्हों का इलाज किया जाएगा। तो जो स्पैसीफिक कोविड के मरीज़ है वो इसे सिविल हॉस्पिटल 60 बैड इतने रिजर्व किए गए हैं, जिन्होंने देखते हुए जो ऑक्सीजन हैगी है, वैक्सीनेशन हैगी है, जहाँ की फतेह किट हैगी है, चाहे ऑक्सीमीटर है, कुछ भी है, उन्हों का कहना है कि उन्होंने कोल सारा कुछ इस वक्त सफिशेंट है, जी मात्रा के हैगा, तो किसी भी चीज़ की कोई कमी नहीं है। ऑक्सीजन की सप्लाई बारे ये कहा गया कि 9 फेज़ के मोहाली के यह प्लांट लग्या होया, जितों कि जिनी इन्हों जरूरत होंगी है उन्नी ऑक्सीजन की सप्लाई इन्हों समय सिर मिल जाती है। सो असं उम्मीद करते हैं कि लोग जो आने वाले दिन है उन्होंने सरकार दी गाइडलाइन मनन, ताकि यह जो केस है अगे ना बदल सकन, तो इन्हों की जो चेन है वह तोड़ी जा सके। कैमरामैन सोनी दे नाल सुशील गर्चा, दैनिक सवेरा, मोहाली। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 9947 84374 9648। पंडित राधे शर्मा, चमत्कार हुंदे वेखो अपनी अखां दे सामने, 24 घंटे विच पाओ हर परेशानी दा हल। मुसलमानी रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाह प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी कारोबार च रुकावट, विदेश यात्रा, लॉटरी तो तुहानूं मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका इक वार जरूर मिलो, मैं तुहाडा प्यार टुटन नहीं देवांगा। मोबाइल 9885888647।